ਸਾਰਾ ਘਰ ਵਿਹਲਾ ਸੀ ਜਦੋਂ ਮੈਂ ਕੱਲ ਆਈ ਹਾਂ। ਗੁਆਂਢੀਆਂ ਘਰੋਂ ਚਾਬੀ ਫੜ ਕੇ ਤੇ ਮੈਂ ਬੂਹਾ ਖੋਲਿਆ ਤੇ ਆਪ ਮੈਂ ਪਾਣੀ ਪਾ ਕੇ ਪੀਤਾ। ਇਹ ਬਿਨਾਂ ਦੱਸਿਆ ਹੀ ਵੱਡੀ ਵੀ ਨਿਕਲ ਗਈ, ਛੋਟੀ ਵੀ ਨਿਕਲ ਗਈ। ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ। ਉਤਰਾ ਮੰਮੀ ਜੀ ਇਤਰਾ ਤੇ ਮੰਮੀ ਜੀ ਉਤਰਾ ਤੇ ਪੁੱਛਣਾ ਇਹਨਾਂ ਨੇ ਨਹੀਂ ਸੀ, ਕਿੰਨੇ ਪੁੱਛਣਾ ਸੀ ਬਿਨਾਂ ਪੁੱਛਣ ਤੋਂ ਗਈਆਂ। ਸਿਮਰਤ ਸਿਮਰਤ ਇੱਧਰ ਆ, ਮੇਰੀ ਗੱਲ ਸੁਣ ਜਰਾ। ਹਾਂਜੀ ਮੰਮੀ। ਬੈਠੋ ਇੱਥੇ ਭੈਣ ਜੀ। ਹਾਂਜੀ ਹਾਂਜੀ, ਕੱਲ ਕਿੱਥੇ ਗਏ ਸੀ ਤੁਸੀਂ? ਉਹ ਮੰਮੀ ਮੈਂ ਤੇ ਸਾਈਕਲ ਬਾਜ਼ਾਰ ਗਏ ਸੀ ਤੇ ਉਸ ਤੋਂ ਬਾਅਦ ਮੰਮੀ ਹੋਣਾ ਵੱਲ ਚਲੇ ਗਏ। ਤੇ ਫਿਰ ਦੱਸਣਾ ਕਿਹਨੂੰ ਸੀ, ਮੈਨੂੰ ਦੱਸ ਕੇ ਨਹੀਂ ਜਾਣਾ? ਮੰਮੀ ਤੁਸੀਂ ਘਰੇ ਨਹੀਂ ਹੈਗੇ ਸੀ ਤੇ ਇਸ ਕਰਕੇ ਫਿਰ ਮੈਂ ਉਹਨਾਂ ਨੂੰ ਕਿਹਾ ਚਲੋ ਚਲ ਜਾਂਦੇ। ਫੋਨ ਹੈਗਾ ਸੀ, ਫੋਨ ਤੇ ਦੱਸ ਸਕਦੇ ਸੀ ਤੁਸੀਂ ਵੀ ਮੰਮੀ ਅਸੀਂ ਮੈਂ ਤੇ ਸਾਹਿਲ ਚੱਲੇ ਜੇ ਬਾਜ਼ਾਰ, ਉਧਰ ਤੁਸੀਂ ਮੰਮੀ ਘਰ ਹੋਣਾ, ਦੱਸ ਸਕਦੇ ਸੀ ਨਾ? ਮਨੇ ਤੁਸੀਂ ਸਾਰੇ ਆਵਾਰਾ ਹੋ ਗਏ ਜੀ, ਬਿਨਾਂ ਦੱਸਿਆ ਜਿੱਥੇ ਮਰਜ਼ੀ ਚਲ ਜਾਓ, ਕੋਈ ਮਤਲਬ ਨਹੀਂ ਹੈਗਾ ਮੰਮੀ ਦੇ ਘਰ ਰਹਿਣ ਦਾ ਤੇ ਨਾ ਰਹਿਣ ਦਾ। ਠੀਕ ਹੈ ਮੰਮੀ, ਅਸੀਂ ਕਿਹੜਾ ਜ਼ਿਆਦਾ ਟਾਈਮ ਰੁਕੇ ਹਾਂ, ਬਸ ਥੋੜ੍ਹਾ ਚਿਰ ਤੇ ਰੁਕੇ ਹਾਂ। ਮੰਮੀ ਉਂਝ ਨਹੀਂ ਘਰੇ ਹੈਗੀ ਤੇ ਉਸ ਤੋਂ ਬਾਅਦ ਅਸੀਂ ਫਿਰ ਘਰੇ ਆ ਗਏ। ਉਹ ਤਾਂ ਮੈਨੂੰ ਵੀ ਤਾਂ ਪ੍ਰੋਬਲਮ ਪਈ ਨਾ, ਮੈਂ ਮੂੰਹ ਨਹੀਂ ਵੀ ਕਿਹਨੂੰ ਕਹਾਂ ਬੂਹਾ ਖੋਲੋ, ਵੀ ਗੁਆਂਢੀਆਂ ਨੇ ਆਪ ਨਿਕਲ ਕੇ ਮੈਨੂੰ ਚਾਬੀ ਦਿੱਤੀ ਆ ਵੀ ਆ ਲਓ ਭੈਣ ਜੀ ਚਾਬੀ, ਨਿਆਣੇ ਦੇ ਗਏ। ਦੱਸੋ ਬੇਇੱਜ਼ਤੀ ਨਹੀਂ ਹੁੰਦੀ ਇਸ ਤਰ੍ਹਾਂ ਮੇਰੀ? ਸਾਰੇ ਨੂੰ ਅਕਲ ਨਹੀਂ ਆਈ ਤਿੰਨਾਂ ਚੋਂ, ਸਾਰੇ ਤੁਸੀਂ ਨਿਕਲ ਗਏ ਜੀ ਵੀ ਮੇਰੇ ਨਾਂ ਰਹਿਣ ਦਾ ਤੁਸੀਂ ਫਾਇਦਾ ਚੁੱਕ ਲਿਆ। ਛੱਡ ਕੇ ਗਈ ਨਾ ਦੀਦੀ ਨੂੰ, ਸਾਨੂੰ ਤੇ ਇਹੋ ਲੱਗਾ ਸੀ ਕਿ ਚੱਲ ਘਰੇ ਰਹਿਣਗੇ, ਮੈਨੂੰ ਥੋੜੀ ਪਤਾ ਨੀ ਸਾਡੇ ਅਸੀਂ ਗਏ ਤੇ ਮਗਰੀ ਉਹ ਚੱਲ ਜੂਗੀ। ਕਿੱਥੇ ਸਾਹਿਲ ਹੁਣ? ਸਾਹਿਲ ਇੱਥੇ ਹੋਣੇ ਆ। ਸਾਹਿਲ ਮੈਂ ਸਾਹਿਲ ਕੋ ਪੁੱਛਦੀ ਹਾਂ ਵੀ ਕਿਉਂ ਨੀ ਤੁਸੀਂ ਦੱਸਣਾ ਸਮਝਿਆ? ਫਿਰ ਮੈਂ ਕੋਈ ਗੱਲ ਨੀ ਤੁਹਾਨੂੰ ਕਿਹਾ ਕਰਨੀ। ਸਾਹਿਲ ਇੱਕ ਮਿੰਟ ਆ ਇਧਰ, ਪੁੱਤ ਕਿੱਥੇ ਆ ਤੂੰ? ਸਾਹਿਲ ਮੰਮੀ ਹੁਣ ਕੀ ਹੋ ਗਿਆ ਵਾ? ਪੁੱਤ ਕੀ ਹੋਣਾ, ਤੁਸੀਂ ਖੁਦ ਗਲਤੀਆਂ ਕਰਦੇ ਤੇ ਤੁਸੀਂ ਪੁੱਛਦੇ ਜੇ ਮੰਮੀ ਹੁਣ ਕੀ ਹੋ ਗਿਆ? ਲੈ ਕਿਹੜੀ ਗਲਤੀ ਕਰ ਲਈ ਹੋਣਾ ਜੀ? ਤੁਸੀਂ ਕੱਲ ਬਾਹਰ ਗਏ ਸੀ ਨਾ ਤਾਂ ਫਿਰ ਕੀ ਹੋ ਗਿਆ? ਤੇ ਪੁੱਤ ਮੈਨੂੰ ਤਾਂ ਦੱਸ ਜਾਂਦੇ ਹੋ ਮੰਮੀ ਤੁਸੀਂ ਘਰੇ ਹੈ ਨਹੀਂ ਸੀ ਤੇ ਅਸੀਂ ਤਾਂ ਗਏ ਸੀਗੇ ਕਿ ਹੋਰ ਕੰਮ, ਤੇ ਫਿਰ ਮੈਂ ਕਿਹਾ ਆਏ ਤਾਂ ਹੈਗੇ ਹੀ ਆ ਲਾਗੇ, ਚੱਲ ਜਾਂਦੇ ਫਿਰ ਆਪਾਂ ਸਿਮਰਤ ਦੇ ਘਰ ਚੱਲੀਏ। ਮੈਂ ਤੇ ਘਰ ਨਹੀਂ ਅੱਜ ਤੱਕ, ਫੋਨ ਤੇ ਹੈਗਾ ਹੀ ਨਾ, ਫੋਨ ਕਰ ਦਿੰਦਾ ਭਈ ਚੱਲੇ ਜੇ ਚਾਬੀ ਫਲਾਣੇ ਦੇ ਘਰ ਦੇ ਲਿਓ ਆ ਕੇ। ਉਹ ਮੰਮੀ ਹੁਣ ਅਸੀਂ ਛੋਟੇ ਛੋਟੇ ਬੱਚੇ ਥੋੜੀ ਰਹੇ ਆ ਜਿਹੜਾ ਹਰ ਇੱਕ ਚੀਜ਼ ਪੁੱਛੇ ਕਿ ਮੰਮੀ ਆ ਕਰ ਲਈਏ ਉਹ ਕਰ ਲਈਏ। ਮੈਂ ਸਾਰਿਆਂ ਨੂੰ ਪੁੱਛਿਆ ਕਿ ਚਾਬੀ ਕਿਹਨੂੰ ਦੇ ਕੇ ਗਈ ਹੈ ਪੁੱਛਿਆ ਕਰ, ਤੇ ਵੱਡੀ ਗਈ ਹੈ ਤੂੰ ਵੀ ਨਹੀਂ ਦੱਸ ਕੇ ਗਈ, ਉਹ ਵੀ ਚੱਲ ਗਈ, ਦੋਵੇਂ ਦੀ ਦੋਵੇਂ ਗਾਇਬ ਤੁਸੀਂ। ਮੰਮੀ ਕੁਝ ਨਹੀਂ ਹੁੰਦਾ, ਕੁਝ ਵੀ ਨਹੀਂ ਹੁੰਦਾ ਮੰਮੀ, ਜੇ ਚੱਲ ਗਏ ਆਪਣੀ ਮਰਜ਼ੀ ਦੇ ਨਾਲ ਕੋਈ ਵੱਡੀ ਗੱਲ ਨਹੀਂ ਹੁੰਦੀ। ਜਾਣ ਤੋਂ ਥੋੜੇ ਨਾ ਕਰਦੀ ਪਈ ਆ, ਉਹ ਦੱਸ ਤੇ ਜਾਓ, ਮੈਂ ਜਾਣ ਤੋਂ ਨਾ ਹੀ ਨਹੀਂ ਕਰਦੀ ਪਈ। ਚਲੋ ਠੀਕ ਆ ਮੰਮੀ, ਅੱਗੇ ਤੋਂ ਜਾਵਾਂਗੇ ਨਾ ਤੇ ਦੱਸ ਕੇ ਜਾਵਾਂਗੇ। ਹਾਂਜੀ ਭੈਣ ਜੀ ਆ ਗਏ ਤੁਸੀਂ ਵੀ? ਹਾਂਜੀ ਮੰਮੀ। ਮੈਨੂੰ ਸਾਰੇ ਕੋਈ ਘਰ ਚੱਲ ਗਏ ਮੰਮੀ, ਉਹ ਮੈਨੂੰ ਥੋੜਾ ਕੰਮ ਪੈ ਗਿਆ ਸੀ, ਮੈਂ ਤੇ ਤਾਂ ਗਈ ਸੀ। ਤੂੰ ਤਾਂ ਵਿਮਲ ਵੱਲ ਗਈ ਸੀ, ਮੈਨੂੰ ਪਤਾ ਲੱਗਾ ਵਿਮਲ ਵੱਲ ਗਈ ਹੈ। ਨਹੀਂ ਨਹੀਂ ਨਾ ਦੱਸਿਆ ਹੀ ਪੁੱਤ ਵਿਮਲ ਵੱਲ ਚੱਲ ਗਈ ਤੂੰ। ਵਿਮਲ ਵੱਲ ਦੀਦੀ ਵੱਲ, ਉਹ ਨਾ ਪਤਾ ਕੀ ਹੋਇਆ ਸੀ, ਮੈਨੂੰ ਨਾ ਉਹਨਾਂ ਦਾ ਫੋਨ ਆ ਗਿਆ ਸੀ ਰਸਤੇ 'ਚ, ਤੇ ਦੀਦੀ ਕਹਿੰਦੇ ਤੂੰ ਕਿੱਥੇ ਹੈਗੀ ਆ, ਮੰਮੀ ਜੀ ਨਾਲ ਗੱਲ ਕਰਾਈ, ਉਹਨਾਂ ਦਾ ਨਾ ਫੋਨ ਨਹੀਂ ਲੱਗਣ ਡਿਆ, ਤੇ ਮੈਂ ਕਿਹਾ ਸੀ ਕਿ ਦੀਦੀ ਮੈਂ ਨਾ ਤੁਹਾਡੀ ਵਾਲੀ ਸਾਈਡ ਦੀ ਕੰਮ ਆਈ ਹਾਂ, ਤੇ ਉਹ ਕਹਿੰਦੇ ਫਿਰ ਚੱਲ ਘਰੇ ਆ ਜਾ ਤੂੰ, ਉਹਨਾਂ ਨੇ ਫਿਰ ਮੈਨੂੰ ਫੋਰਸ ਕੀਤਾ ਮੈਂ ਚੱਲ ਗਈ। ਤੇਰਾ ਫੋਨ ਲੱਗਣ ਡਿਆ ਸੀ ਨਾ, ਤੂੰ ਮੈਨੂੰ ਲਾ ਲੈਂਦੀ ਹੋ ਵੀ ਮੰਮੀ ਮੈਂ ਵਿਮਲ ਦੀਦੀ ਵੱਲ ਚੱਲੀ ਹਾਂ, ਕੀਤਾ ਤੂੰ? ਉਹ ਮੰਮੀ ਜੀ ਜਦੋਂ ਵਿਮਲ ਦੀਦੀ ਦਾ ਨਹੀਂ ਫੋਨ ਲੱਗਾ ਤੇ ਮੇਰਾ ਕਿੱਥੋਂ ਲੱਭਣਾ ਸੀ ਤੁਹਾਨੂੰ, ਪਤਾ ਨਹੀਂ ਨੈਟਵਰਕ ਤੋਂ ਬਾਹਰ ਆਉਣ ਡਿਆ ਸੀ, ਤਾਂ ਕਰਕੇ ਨਹੀਂ ਦੱਸ ਸਕੀ। ਹਾਂ ਤੁਸੀਂ ਚਾਬੀ ਦੱਸ ਕੇ ਗਈਆਂ, ਗੁਆਂਢੀਆਂ ਨੇ ਆ ਕੇ ਚਾਬੀ ਦਿੱਤੀ, ਰੋਟੀ ਪਾਣੀ ਬਣਾਉਣ ਵੱਲ ਹੋ ਕੇ ਤੇ ਦੱਸਿਆ ਨਹੀਂ ਗਿਆ ਤੁਹਾਨੂੰ ਵੀ ਮੈਂ ਵਿਮਲ ਦੀਦੀ ਵੱਲ ਹੋ ਕੇ ਆਈ ਹਾਂ? ਮੈਨੇ ਤੁਸੀਂ ਦੱਸਣਾ ਸਹੀ ਨਹੀਂ ਸਮਝਿਆ ਨਾ, ਤਾਂ ਤੁਸੀਂ ਸਾਰੇ ਚਲੇ ਗਏ ਮੈਨੂੰ ਇਕੱਲੀ ਛੱਡ ਕੇ। ਨਹੀਂ ਨਹੀਂ ਮੰਮੀ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈ। ਉਹ ਮੰਮੀ ਛੱਡੋ ਪਰਾ, ਇੰਨੀ ਨਿੱਕੀ ਨਿੱਕੀ ਗੱਲਾਂ ਦਾ ਇਸ਼ੂ ਨਹੀਂ ਬਣਾਈਦਾ, ਅੱਗੇ ਤੋਂ ਮੈਂ ਕਿਹਾ ਨਾ ਜੇ ਜਾਵਾਂਗੇ ਤਾਂ ਦੱਸ ਕੇ ਜਾਵਾਂਗੇ ਤੁਹਾਨੂੰ। ਉਹ ਤੇ ਮੈਂ ਇਸ਼ੂ ਨਹੀਂ ਬਣਾਉਂਦੀ, ਮੈਂ ਤੇ ਪਿਆਰ ਨਾਲ ਕਹਿੰਦੀ ਵੀ ਦੱਸ ਕੇ ਜਾਂਦੇ ਹੋ, ਇਸ਼ੂ ਕਾ ਦੱਸ ਮੰਮੀ ਜੀ। ਚਲੋ ਠੀਕ ਹੈ, ਮੈਂ ਜਦੋਂ ਦੀਦੀ ਘਰ ਗਈ ਸੀ ਤੇ ਰਣਜੀਤ ਘਰੇ ਸੀ, ਤੇ ਉਹ ਵੀ ਕਿਤੇ ਚਲਾ ਗਿਆ ਹੋਣਾ ਵਾ, ਤੇ
ਘਰ ਵਧੀਆ ਦੱਸ। ਉਹ ਚਲੋ ਛੱਡੋ ਹੁਣ ਆ ਗੱਲ ਨੂੰ, ਭੁੱਖ ਲੱਗੀ ਆ ਕੁਝ ਖਾਣ ਨੂੰ। ਯਾਰ ਸਿਮਰਨ ਤੋੜ ਕੇ ਬਣਾ ਕੁਛ ਆਲੂ ਵਾਲੇ ਪਰੌਂਠੇ ਬਣਾ ਲਓ। ਆਹੋ ਨਾਲ ਦਹੀਂ ਪਾ ਲਓ ਤੇ ਚਲੋ ਦੋ। ਚਲੋ ਯਾਰ ਸਿਮਰਨ ਪਰੌਂਠੇ ਬਣਾਵਾ। ਆ ਸਿੱਧੇ ਤੇ ਕਰੀਏ ਕੰਮ। ਮੇਰੀ ਗੱਲ ਸੁਣ, ਆ ਭਾਂਡੇ ਭੁੰਡੇ ਸਾਰੇ ਵਿਹਲੇ ਕਰਕੇ ਕੱਪੜੇ ਧੋਤੇ ਕੱਪੜੇ ਸੁੱਕਣੇ ਪਾਏ ਉਹਨਾਂ ਨੂੰ ਲਾਇਆ ਵਾ ਡਸਟਿੰਗ ਮੈਂ ਕੀਤੀ ਭਾਂਡੇ ਮੈਂ ਮਜਬੂਰ ਕਿੰਨਾ ਕੰਮ ਕਰਦੀ ਚੱਲ ਕੰਮ ਕਰ ਜਾ ਕੇ ਸਿਮਰਤ ਕੱਪੜੇ ਮੈਂ ਧੋਤੇ ਸਿਰਫ ਤੂੰ ਸੁੱਕਣੇ ਪਾਏ ਆ ਨਾਲੇ ਆ ਜੀਣ ਜੂਣ ਕੱਸ ਕੇ ਕਿਹੜੇ ਕੰਮ ਹੁੰਦੇ
ਮੈਨੂੰ ਕੀ ਹੋਰ ਬੂਟ ਚਾੜਿਆ ਆ ਭਾਂਡੇ ਮਾਂਜ ਛੇਤੀ ਕਰ ਮੇਰੇ ਕੋਲ ਮਾਂਜ ਜਿਹੜੇ ਦੋ ਫੁਲਕੇ ਲੱਥਣੇ ਲਾ ਕੇ ਤੂੰ ਰਖਵਾਓ ਜਾ ਕੇ ਮੰਮੀ ਜੀ ਇੱਕ ਮਿੰਟ ਜਾਓ ਕਰਨੀਆਂ ਹੁਣੇ ਗੱਲਾਂ ਚਾਰ ਬੈਠੋ ਜਾ ਕੇ ਮੇਰੀ ਗੱਲ ਸੁਣ ਲਓ ਛੇਤੀ ਭਾਂਡੇ ਮਾਂਜ ਮੈਂ ਨੀ ਮਾਂਜੇ ਕਰਦੇ ਰਹੀ ਆਪੇ ਕੰਮ ਹਰ ਗੱਲ ਤੇ ਮੈਨੂੰ ਟੋਕਦੇ ਰਹੇ ਹਰ ਗੱਲ ਤੇ ਮੈਨੂੰ ਕਦੀ ਕੱਪੜਿਆਂ ਤੇ ਕਮੈਂਟ ਕਰੀ ਕਰੀ ਆਹ ਕੰਮ ਨੀ ਕੀਤਾ ਕਦੀ ਉਹ ਕੰਮ ਨੀ ਕੀਤਾ ਕਿੱਦਾਂ ਇਹਨਾਂ ਨੇ ਗੋਲੀ ਸਮਝਿਆ ਵਾ ਬੜੀ ਵਧੀਆ ਚੱਲ ਚੰਗੀ ਗੱਲ ਆ ਤੈਨੂੰ ਪਤਾ ਕੱਲ ਆਪਣਾ ਸਾਹਿਲ ਤੇ ਨਾਲ ਸਿਮਰਤ ਆਈਆਂ ਸੀ ਹਾਂਜੀ ਮੈਨੂੰ ਪਤਾ ਲੱਗਾ ਸੀ ਗਏ ਸੀ ਦੋਨੇ ਜਾਣੇ ਮੇਰੀ ਗੱਲ ਸੁਣ ਹੁਣ ਤਾਂ ਬਾਬਾ ਜੀ ਦੀ ਬੜੀ ਕਿਰਪਾ ਹੈ ਦੋਵੇਂ ਹੱਸਣ ਖੇਡਣ ਡਏ ਸੀ ਗੱਲਾਂ ਕਰਨ ਡਏ ਸੀ ਹੈ ਤੇ ਉਹ ਇੰਨਾ ਖੁਸ਼ ਸੀ ਨਾ ਤੇ ਉਹ ਕਹਿਣ ਡਿਆ ਸੀ ਕਿ ਮੈਂ ਆਪਣਾ ਬਿਜ਼ਨਸ ਲੱਗਾ ਇੱਥੇ ਵਧਾਉਣ ਹਾਂਜੀ ਭੂਆ ਜੀ ਹੁਣ ਤੇ ਦੋਨੇ ਜਾਣੇ ਬੜੇ ਵਧੀਆ ਰਹਿੰਦੇ ਆ ਚਲੋ ਆਪਾਂ ਵੀ ਤੇ ਇਹੋ ਹੀ ਚਾਹੁੰਦੇ ਸੀ ਕਿ ਚੱਲ ਇਹਨਾਂ ਦੀ ਆਪਸ ਚ ਵਧੀਆ ਤਰ੍ਹਾਂ ਬਣੇ ਤੇ ਸਾਹਿਲ ਲੱਗਾ ਹੁਣ ਬਿਜ਼ਨਸ ਸਟਾਰਟ ਕਰਨ ਤੇ ਪਹਿਲੇ ਉਹਦਾ ਇਰਾਦਾ ਸੀ ਕਿ ਮੈਂ ਬਾਹਰ ਕਰਾਂ ਤੇ ਪਰ ਹੁਣ ਰਣਜੀਤ ਨੇ ਸਮਝਾਇਆ ਵਾ ਕਿ ਨਹੀਂ ਆਪਾਂ ਦੋਵਾਂ ਭਰਾਵਾਂ ਨੇ ਨਾ ਇੱਥੇ ਇਕੱਠੇ ਬਿਜ਼ਨਸ ਕਰਨਾ ਵਾ ਤੇ ਹੁਣ ਲੱਗੇ ਉਹ ਸ਼ੁਰੂ ਕਰਨ ਦੋਵੇਂ ਜਾਣੇ ਇਹ ਸਭ ਕੁਝ ਪਤਾ ਤੈਨੂੰ ਪਤਾ ਕਿੰਨੇ ਕੀਤਾ ਪਤਾ ਤੈਨੂੰ ਕਿੰਨੇ ਕੀਤਾ ਭੂਆ ਜੀ ਤੇਰੀ ਚਾਚੀ ਜੀ ਨੇ ਅੱਛਾ ਉਹਨਾਂ ਨੇ ਸਿਮਰਤ ਨੂੰ ਸਮਝਾਇਆ ਸਾਰਾ ਕੁਝ ਅੱਛਾ ਸ਼ਮੀ ਤੇਰੀ ਭੈਣ ਹੈਗੀ ਆ ਉਹਦੇ ਨਾਲ ਮਿਲ ਕੇ ਰਿਹਾ ਕਰ ਸੱਚੀ ਭੂਆ ਜੀ ਉਦਣ ਨਾ ਚਾਚੀ ਜੀ ਮੇਰੇ ਨਾਲ ਪਿਆਰ ਨਾਲ ਬੋਲੇ ਨਾ ਮੈਨੂੰ ਇੰਨਾ ਚੰਗਾ ਲੱਗਾ ਮੈਂ ਤੁਹਾਨੂੰ ਕੀ ਦੱਸਾਂ ਪਹਿਲੇ ਮੈਂ ਆਪ ਡਰੀ ਪਈ ਸੀ ਵੀ ਇਹਨਾਂ ਨੇ ਪਤਾ ਨੀ ਕੀ ਕਹਿਣਾ ਵਾ ਹਨਾ ਮੇਰੇ ਨਾਲ ਫੇਰ ਨਾ ਲੜ ਪੈਣਾ ਸਿਮਰਤ ਤੋਂ ਵੀ ਕੋਈ ਗੱਲ ਤੇ ਇਹਨੇ ਮੈਨੂੰ ਕਹੀ ਨੀ ਆ ਤੇ ਮੈਂ ਡਰੀ ਪਈ ਸੀ ਪਰ ਨਾ ਬੜਾ ਵਧੀਆ ਮੈਨੂੰ ਇਹੋ ਹੀ ਕਹਿੰਦੇ ਕਹਿੰਦੇ ਅੱਜ ਤੋਂ ਬਾਅਦ ਨਾ ਤੂੰ ਮੇਰੀ ਧੀ ਆ ਤੇ ਆਪਾਂ ਨਾ ਮਾਵਾਂ ਧੀਆਂ ਬਣ ਕੇ ਰਹਿਣਾ ਵਾ ਤੇ ਮੈਂ ਤੇ ਅੱਗੇ ਸੋਚਣ ਡਈ ਸੀ ਵੀ ਸਿਮਰਤ ਚ ਇੰਨਾ ਬਦਲਾਵ ਆਇਆ ਕਿੱਦਾਂ ਵਾ ਇਹ ਫਿਰ ਚਾਚੀ ਜੀ ਕਰਕੇ ਹੀ ਆਇਆ ਜੇ ਫਿਰ ਉਹਨਾਂ ਨੇ ਇਹਨੂੰ ਸਿਖਾਇਆ ਵਾ ਵੀ ਸਹੀ ਤਰ੍ਹਾਂ ਸ਼ੰਮੀ ਨਾਲ ਰਿਹਾ ਕਰ ਅੱਛਾ ਚੱਲ ਵਧੀਆ ਵਾ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਭੂਆ ਜੀ ਦੱਸੋ ਕੋਈ ਹੈਗਾ ਤੇਰੇ ਨਾ ਤੇਰੀ ਸੱਸ ਨਹੀਂ ਨਹੀਂ ਕੋਈ ਨਹੀਂ ਹੈਗਾ ਦੱਸੋ ਮੇਰੇ ਧਿਆਨ ਨਾਲ ਗੱਲ ਸੁਣ ਹਾਂਜੀ ਕੱਲ ਨਾ ਲੱਕੀ ਸੀਮਾ ਤੇਰੀ ਚਾਚੀ ਪਤਾ ਨੀ ਕਿਤੇ ਗਏ ਸੀ ਉਹ ਜਨਾਨੀ ਨਾ ਕੋਈ ਲੱਡੂ ਬਣਾ ਕੇ ਦਿੰਦੀ ਆ ਵਿੱਚ ਪਤਾ ਨੀ ਕਿਹੜੀਆਂ ਜੜੀਆਂ ਬੂਟੀਆਂ ਬਣਾ ਕੇ ਨਾ ਪਾ ਕੇ ਹਾਂਜੀ ਉਹਦੀ ਪੰਜੀਰੀ ਵਾਂਗੂ ਲੱਡੂ ਬਣਾ ਕੇ ਦਿੰਦੀ ਆ ਅੱਛਾ ਕਹਿੰਦੀ ਆ ਜਦੋਂ ਕੋਈ ਖਾਵੇ ਨਾ ਉਹ ਸ਼ਰਤੀ ਆ ਉਹਦੇ ਨਾਲ ਬੱਚਾ ਹੁੰਦਾ ਤੇ ਤੇਰੇ ਨਾ ਚਾਚੀ ਜੀ ਫੈਸ਼ਨ ਉਹਦੇ ਕੋਲ ਗਏ ਸੀ ਮਿਲ ਕੇ ਆਏ
ਪਤਾ ਵਿਚਾਰੇ ਜੂ ਸਵੇਰੇ ਤੜਕੇ ਤੇ ਗਏ, ਰਾਤੀ 12 ਵਜੇ ਘਰੇ ਆਏ ਆ ਤੇ ਕਹਿੰਦੇ ਆ ਮੈਂ ਆਪਣੀ ਧੀ ਵਾਸਤੇ ਲੈ ਕੇ ਆਈ ਆ, ਆਉਂਦੇ ਦਿਨਾਂ ਤੱਕ ਮੇਰੀ ਧੀ ਦੇ ਵੱਲੋਂ ਖੁਸ਼ਖਬਰੀ ਆਵੇ। ਵੇਖ ਲੋ ਭੂਆ ਜੀ ਕਿੰਨੇ ਚੰਗੇ ਆ ਨਾ ਚਾਚੀ ਜੀ, ਅੱਗੇ ਉਹਨਾਂ ਨੇ ਸ਼ੁਰੂ ਤੋਂ ਬਚਪਨ ਤੋਂ ਮੇਰੇ ਨਾਲ ਬੜਾ ਪਿਆਰ ਕੀਤਾ ਸੀ, ਹਾਂ ਬਸ ਵਿੱਚ ਹੀ ਨਾ ਮਿਸਅੰਡਰਸਟੈਂਡਿੰਗ ਹੋ ਜਾਂਦੀਆਂ ਥੋੜੀਆਂ ਬਹੁਤੀਆਂ। ਵੇਖ ਲੋ ਉਹਨਾਂ ਨੂੰ ਕਿੰਨਾ ਫਿਕਰ ਆ, ਕਿੱਥੇ ਕਿੱਥੇ ਮੇਰੇ ਕਰਕੇ ਧੁੱਪੇ ਧੱਕੇ ਖਾਂਦੇ ਫਿਰਦੇ ਆ, ਤੇ ਫਿਰ ਲੈ ਕੇ ਆਏ ਲੱਡੂ ਘਰ। ਹਾਂ ਲੈ ਕੇ ਆਏ ਤੇ ਭੂਆ ਜੀ ਮੈਨੂੰ ਛੇ ਛੇਤੀ ਫਿਰ ਪਹੁੰਚਾ ਦੋ ਹਾਂ ਇੱਥੇ। ਮੇਰੀ ਗੱਲ ਸੁਣੋ, ਮੇਰੀ ਸੱਸ ਨੂੰ ਨਾ ਪਤਾ ਲੱਗੇ, ਉਹਦਾ ਕੋਈ ਪਤਾ ਨਹੀਂ ਆ ਕੀ ਕਵੇ ਤੇ ਕੀ ਨਾ ਕਵੇ, ਤੇ ਨਾਲੇ ਰਣਜੀਤ ਨੇ ਵੀ ਬੋਲਣ ਲੱਗ ਪੈਣਾ ਵੀ ਲੱਡੂਆਂ ਚ ਪਤਾ ਨੀ ਕੀ ਪਾਇਆ ਕੀ ਨਹੀਂ ਪਾਇਆ, ਤੇ ਹੁਣ ਇਹ ਕਿੱਥੋਂ ਲੈਂਦੇ ਆ। ਨਾ ਪੁੱਤਰ ਮੈਂ ਨੀ ਇਹ ਕੰਮ ਕਰਨਾ, ਮੈਂ ਭਲਾ ਚੋਰੀ ਕਿਉਂ ਦਵਾਂ, ਤੇਰੀ ਸੱਸ ਸਾਹਮਣੇ ਦੇ ਕੇ ਜਾਵਾਂਗੀ, ਕੋਈ ਮੈਨੂੰ ਡਰ ਥੋੜਾ ਹੈਗਾ, ਮੈਂ ਤੇ ਪੁੱਤ ਤੇਰੇ ਵਾਸਤੇ ਹੀ ਆ ਨਾ, ਨਾਲੇ ਮੈਂ ਤੇ ਤੇਰੇ ਚਾਚੀ ਆਵਾਂਗੇ। ਪਤਾ ਕੀ ਆ, ਤੇਰੀ ਚਾਚੀ ਨੂੰ ਤੇਰਾ ਬੜਾ ਫਿਕਰ ਹੈਗਾ, ਪਹਿਲਾਂ ਉਹ ਗੱਲ ਵੱਖਰੀ ਆ ਕਿ ਤੈਨੂੰ ਪਤਾ ਕਿ ਆਪਣਾ ਬੱਚਾ ਤੇ ਆਪਣਾ ਹੀ ਹੁੰਦਾ, ਉਹ ਸਿਮਰਤ ਦੇ ਪਿਆਰ ਦੇ ਵਿੱਚ ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ, ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਬਸ ਮੇਰੀ ਧੀ ਮੇਰੀ ਧੀ ਆ। ਹਾਂਜੀ ਚਲੋ ਭੂਆ ਜੀ ਤੁਸੀਂ ਆ ਜਾਣਾ ਮੇਰੇ ਵੱਲ ਤੇ ਮੈਨੂੰ ਲੱਡੂ ਦੇ ਜੋ, ਬਾਕੀ ਤੁਸੀਂ ਆਓਗੇ ਲੱਡੂ ਲਿਆ ਕੇ ਤੇ ਪਤਾ ਤੇ ਇਹਨਾਂ ਨੂੰ ਲੱਗਣਾ ਹੀ ਆ, ਤੇ ਕੋਈ ਗੱਲ ਨੀ ਮੈਂ ਇਹਨਾਂ ਨੂੰ ਆਪੇ ਸਮਝਾ ਲਾਂਗੀ, ਤੁਸੀਂ ਦੇ ਜਾਓ ਮੈਨੂੰ ਜਲਦੀ ਜਲਦੀ, ਸ਼ਾਇਦ ਮਹਾਰਾਜ ਕੋਈ ਖੈਰ ਹੀ ਪਾ ਦੇਵੇ, ਕੋਈ ਪਤਾ ਨੀ ਕੋਈ ਢੋ ਹੀ ਲੱਗਣਾ ਹੁੰਦਾ। ਉਹ ਤਾਂ ਗੱਲ ਹੈਗੀ ਆ, ਸਿਆਣੇ ਐਵੇਂ ਨੀ ਕਹਿੰਦੇ, ਜਦੋਂ ਰਮਾਨ ਆ ਲੱਗਣਾ ਨਾ ਸਵਾਹ ਦੀ ਕੁੜੀ ਨਾਲ ਵੀ ਆ ਜਾਣਾ। ਹਾਂਜੀ ਹਾਂਜੀ ਤੂੰ ਫਿਕਰ ਨਾ ਕਰ, ਤੋ ਹੋਰ ਪੁੱਤਰ ਆਪਣੇ ਘਰ ਦਾ ਧਿਆਨ ਰੱਖਿਆ ਕਰ, ਆਪਣੀ ਸੱਸ ਦੀ ਸੇਵਾ ਕਰਿਆ ਕਰ ਚੰਗਾ। ਹਾਂਜੀ ਭੂਆ ਜੀ ਠੀਕ ਹੈ। ਚਲ ਠੀਕ ਹੈ ਪੁੱਤਰ, ਚਲੋ ਠੀਕ ਹੈ ਮੈਂ ਵੀ ਰੋਟੀ ਰੋਟੀ ਬਣਾ ਲਾ। ਚਲ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ। ਲੈ ਚਾਚੀ ਜੀ ਵੇਖ ਲਾ ਮੇਰੇ ਨਾਲ ਕਿੰਨਾ ਪਿਆਰ ਕਰਦੀ ਆ, ਪਹਿਲੇ ਮੈਨੂੰ ਵੇਖ ਨੀ ਸਕਾਉਂਦੇ ਤੇ ਹੁਣ ਵੇਖ ਲਾ ਕਿੱਥੇ ਕਿੱਥੇ ਧੱਕੇ ਖਾਣ ਦੇ ਆ ਮੇਰੇ ਕਰਕੇ, ਇਹਦਾ ਮਤਲਬ ਧੀ ਤਾਂ ਸਮਝਦੇ ਆ ਨਾ। ਚੱਲ ਆਪੇ ਲੱਡੂ ਦੇ ਕੇ ਜਾਣਗੇ ਤੇ ਕੀ ਪਤਾ ਰੱਬ ਮਿਹਰਬਾਨ ਹੋ ਜੇ, ਕੋਈ ਪਤਾ ਨੀ, ਰਣਜੀਤ ਨੂੰ ਮੈਂ ਆਪੇ ਸਮਝਾ ਲੂੰਗੀ, ਇਹ ਤੇ ਐਵੇਂ ਆਪਣੀਆਂ ਮਾਰਦੇ ਰਹਿੰਦੇ ਆ। ਲੱਡੂਆਂ ਨਾਲ ਕੀ ਹੋਣਾ ਦੱਸ, ਅਗਲਿਆਂ ਨੇ ਵਧੀਆ ਵਧੀਆ ਚੀਜ਼ਾਂ ਵਿੱਚ ਪਾਈਆਂ ਹੋਣੀਆਂ ਜੜੀਆਂ ਬੂਟੀਆਂ ਕੋਈ ਦੇਸੀ। ਚੱਲ ਕੋਈ ਨੀ ਸਮਝਾ ਲੂੰਗੀ ਇਹਨਾਂ ਨੂੰ। ਦੂਰ ਦੀ ਕੋਈ ਰਿਸ਼ਤੇਦਾਰੀ ਆ ਤੇ ਉਹਨਾਂ ਨੇ ਡੱਬਾ ਦੇਣ ਆਉਣਾ ਵਾ ਘਰੇ ਲੱਡੂਆਂ ਦਾ, ਤੇ ਤੂੰ ਘਰ ਰਵੀ। ਕਦੀ ਉਹ ਆਏ ਨੀ ਤੂੰ ਲੱਡੂ ਦਾ ਡੱਬਾ ਦੇਣ ਆਉਣਾ। ਹਾਏ ਹਾਏ ਮੰਮੀ ਵਿਆਹ ਵਾ ਨਾ ਤੇ ਜਿਹੜੇ ਦੂਰ ਦੇ ਲੋਕ ਹੁੰਦੇ ਉਹ ਵਿਆਹ ਵੇਲੇ ਡੱਬਾ ਦੇਣ ਆਉਂਦੇ ਆ, ਅੱਗੋਂ ਪਿੱਛੋਂ ਕਿੱਥੇ ਹੁੰਦੇ ਨੇ, ਤੇ ਉਹ ਭੂਆ ਜੀ ਆ ਕਹਿਣ ਡੇ ਸੀ ਵੀ ਉਹਨਾਂ ਦੀ ਸੇਵਾ ਪਾਣੀ ਚੰਗੀ ਕਰਿਓ, ਕਦੀ ਆਏ ਗਏ ਨੀ ਆ ਤੇ ਪਤਾ ਨੀ ਹੁਣ ਆਉਂਦੇ ਆ ਕਿ ਨਹੀਂ ਆਉਂਦੇ। ਮੰਮੀ ਮੈਂ ਵੀ ਕਿਹੜਾ ਵਿਆਹ ਤੋਂ ਬਾਅਦ ਕਦੀ ਗਈ ਆ ਉਹਨਾਂ ਦੇ ਘਰੇ, ਤੁਹਾਨੂੰ ਪਤਾ ਤੇ ਹੈ ਵਾ ਅਰਨਜੀਤ ਨੇ ਮੈਨੂੰ ਖੜਿਆ ਨੀ ਕਦੀ। ਨਹੀਂ ਅੱਗੇ ਘੱਟ ਸੇਵਾ ਪਾਣੀ ਕਰੀ ਦੀ ਆ, ਤੇਰੀ ਭੂਆ ਦੱਸਣ ਦੀ ਵੀ ਸੇਵਾ ਪਾਣੀ ਕਰਿਓ, ਅੱਗੇ ਥੋੜੀ ਕਰੀ ਦੀ ਪੁੱਤ। ਮੰਮੀ ਤੁਸੀਂ ਉਲਟ ਗੱਲ ਨਾ ਪਾਓ, ਜਦੋਂ ਕੋਈ ਪਹਿਲੀ ਵਾਰ ਘਰ ਆਉਂਦਾ ਨਾ ਤੇ ਹੁੰਦਾ ਹੀ ਆ ਵੀ ਸੇਵਾ ਪਾਣੀ ਚ ਕੋਈ ਕਮੀ ਨਾ ਰਹਿ ਜੇ, ਤਾਂ ਕਰਕੇ ਫਿਕਰ ਕਰਨ ਡੇ। ਬਾਕੀ ਮੰਮੀ ਉਹ ਆਉਂਦੇ ਆ ਵੀ ਕੱਲ ਅਸੀਂ ਐਨ ਨੂੰ ਆਉਣਾ ਵਾ ਤੇ ਆਪਾਂ ਗੇੜਾ ਮਾਰਾਂਗੇ ਘਰੇ, ਭੂਆ ਜੀ ਵੀ ਆਖਣ ਡੇ। ਚਲੋ ਠੀਕ ਹੈ ਫਿਰ ਉਹਨਾਂ ਦਾ ਕਰ ਦਿਓ ਫਿਰ ਸੇਵਾ ਪਾਣੀ ਜਿਸ ਤਰ੍ਹਾਂ ਦੀ ਹੋਊਗੀ। ਹਾਂਜੀ ਮੰਮੀ। ਸ਼ਮੀ ਉਰੇ ਆ। ਹਾਂਜੀ ਮੰਮੀ। ਉਹਨਾਂ ਨੂੰ ਫੋਨ ਕਰਕੇ ਕਹਿ ਦੇ ਵੀ ਕੇਲੇ ਕੂਲੇ ਨਾ ਲੈ ਕੇ ਆਉਣ। ਤੇ ਮੰਮੀ ਕੀ ਲੈ ਕੇ ਆਉਣ ਫਿਰ? ਹੋਰ ਕੋਈ ਫਰੂਟ ਲੈ ਕੇ ਆਉਣ, ਕੇਲਿਆਂ ਦਾ ਕੀ ਲਿਆਉਣਾ ਹੁੰਦਾ। ਮੇਰੀ ਗੱਲ ਸੁਣੋ, ਤੁਸੀਂ ਕਹਿ ਤੇ ਦਿੰਦੇ ਹੋ, ਹੁਣ ਮੰਨ ਲਓ ਤੁਸੀਂ ਵਿਮਲ ਦੀਦੀ ਦੇ ਘਰ ਜਾਓ ਠੀਕ ਆ, ਤੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਫਰੂਟ ਲੈ ਕੇ ਜਾਓਗੇ ਨਾ, ਕਿ ਉਧਰੋਂ ਤੁਹਾਨੂੰ ਪਹਿਲੇ ਫੋਨ ਆਉਂਦਾ ਵਾ ਵੀ ਆਹ ਫਰੂਟ ਲੈ ਕੇ ਸਾਡੇ ਘਰ ਆਵੀ ਨਹੀਂ ਤੇ ਨਾ ਆਵੀ। ਤੈਨੂੰ ਪਤਾ ਨਾ ਕੇਲੇ ਸਭ ਤੋਂ ਸਸਤੀ ਚੀਜ਼ ਹੈ,
ਤੇ ਕੇਲੇ ਮੈਂ ਨੀ ਕਦੀ ਖੜੇ ਬੀਮਲ ਘਰ। ਮੰਮੀ ਏਦਾਂ ਨੀ ਹੁੰਦਾ ਕੀ ਸਸਤੀ ਮਹਿੰਗੀ ਚੀਜ਼ ਹੁੰਦੀ ਆ, ਮਤਲਬ ਇਹ ਹੁੰਦਾ ਵਾ ਕਿ ਕੋਈ ਕੋਈ ਮਾਂ ਨਾ ਕੋਈ ਚੀਜ਼ ਲੈ ਕੇ ਸਾਡੇ ਘਰ ਆਇਆ, ਉਹ ਚੁੱਕ ਲਿਆ ਸਾਡੇ ਗਲੇ ਜੇ ਤੇ ਲਿਆ ਕੇ ਰੱਖ ਦੇਣ ਲਫਾਫੇ ਕਾਲੇ ਚ। ਮੰਮੀ ਏਦਾਂ ਨੀ ਸੋਚੀਦਾ, ਤੁਹਾਡੀ ਸੋਚ ਹੀ ਫਿਰ ਗਲਤ ਹੋ ਜਾਂਦੀ ਆ, ਫਿਰ ਤੁਸੀਂ ਕਹਿਣਾ ਮੇਰੇ ਅੱਗੇ ਬੋਲਦੀ ਆ। ਜੋ ਉਹਨਾਂ ਦੀ ਮਰਜ਼ੀ ਆ ਉਹ ਲੈ ਆਉਣਗੇ, ਮੈਂ ਕਿੱਦਾਂ ਉਹਨਾਂ ਨੂੰ ਮੂੰਹ ਪਾੜ ਕੇ ਕਹਿਦਾ ਮੇਰੇ ਘਰ ਕੇਲੇ ਨਾ ਲਿਆਇਓ, ਹੋਰ ਕੋਈ ਫਰੂਟ ਲਿਆਇਓ। ਕੇਲੇ ਲਿਆਂਦੇ ਨਾ, ਕੇਲੇ ਕਿੰਨਾ ਟੱਕ ਦੇਵੀ, ਉਹ ਖਾਣੇ ਕਿੰਨੇ ਆ। ਅਗਲੇ ਨੇ ਕਹਿਣਾ ਤੈਨੂੰ ਸਾਡੇ ਆਉਂਦਾ ਚਾਹ ਵਾ ਤੇ ਤੂੰ ਇੱਥੇ ਮਹਿੰਗਾ ਫਰੂਟ ਡੀਕਣ ਡਈ ਆ। ਆਂਦੀ ਆ ਧੀਆਂ ਨੀ ਕਹਿੰਦੀਆਂ, ਧੀਆਂ ਹੀ ਤੇ ਸਭ ਕੁਛ ਕਹਿੰਦੀਆਂ ਵੀ ਮੰਮੀ ਆਹ ਚੀਜ਼ ਨਾ ਲਿਆਇਓ, ਮੇਰੀ ਸੱਸ ਨੂੰ ਪਸੰਦ ਨੀ ਹੈਗੀ, ਆਹ ਚੀਜ਼ ਲੈ ਕੇ ਆਇਓ। ਧੀਆਂ ਹੀ ਤੇ ਸਭ ਕੁਛ ਕਹਿ ਕੇ ਦੱਸ ਦਿੰਦੀਆਂ ਵੀ ਸਾਡੇ ਘਰ ਕੀ ਚੀਜ਼ ਚਾਹੀਦੀ ਤੇ ਕੀ ਨਹੀਂ ਚਾਹੀਦੀ, ਇਹ ਆਂਦੀ ਧੀਆਂ ਨੀ ਕਹਿੰਦੀਆਂ, ਹੋਰ ਨੂੰਹਾਂ ਕਹਿੰਦੀਆਂ। ਮੈਨੂੰ ਸਮਝਾਉਣ ਲੱਗੀ ਆ ਦੀਦੀ, ਹੁਣ ਆ ਜਾਓ ਵੀ ਕਿ ਉੱਥੇ ਬੈਠੇ ਜਿਹੜੇ ਤੱਕ ਇੰਨੀਆਂ ਕਿਹੜੀ ਲੰਬੀਆਂ ਗੱਲਾਂ ਹੋ ਗਈਆਂ, ਨਾਲੇ ਗੱਲ ਕਰਨ ਆਸਟ੍ਰੇਲੀਆ ਨੀ ਪਹੁੰਚ ਗਏ ਤੁਸੀਂ, ਛੇਤੀ ਆਓ ਵੀ, ਸਾਰਾ ਕੰਮ ਕਰੇ ਕਰਨ ਵਾਲਾ ਪਿਆ ਤੇ ਗੱਲਾਂ ਨੀ ਮੁੱਕਦੀਆਂ। ਕੀ ਹੋ ਗਿਆ ਸਿਮਰਤ, ਇੰਨੀ ਕਾਹਲੀ ਕਾਹਤੋਂ ਪੈ ਗਈ ਆ, 2 ਮਿੰਟ ਮੈਂ ਫੋਨ ਸੁਣਾ ਨਹੀਂ ਗਈ ਆ, ਭੂਆ ਜੀ ਦਾ ਫੋਨ ਸੀ। ਕੀ ਹੋ ਗਿਆ, 2 ਮਿੰਟ ਨਹੀਂ ਹੋਏ ਤੁਹਾਨੂੰ, 15 ਮਿੰਟ ਤੋਂ ਉੱਪਰ ਹੋ ਚੱਲਿਆ, ਨਾਲੇ ਇੱਡੀਆਂ ਕਿਹੜੀਆਂ ਗਾੜੀਆਂ ਗੱਲਾਂ ਕਿਹੜੇ ਹੁਣੇ ਸਾਰੀਆਂ ਖਤਮ ਕਰ ਲੈਣੇ, ਕਿਦੋਂ ਦੀ ਗਈ ਆ ਮੈਂ ਤੁਹਾਨੂੰ ਬੁਲਾਉਣ, ਤੁਹਾਨੂੰ ਇੱਕ ਵਾਰੀ ਮੇਰੀ ਆਵਾਜ਼ ਨਹੀਂ ਸੁਣੀ। ਸਿਮਰਤ ਆਹ ਕੀ ਗੱਲ ਹੋਈ, ਜੇ ਕਿਸੇ ਦਾ ਫੋਨ ਆ ਗਿਆ ਵਾ ਤੇ ਮੈਂ ਸੁਣਾ ਨਾ ਵੀ ਉਹ ਕੀ ਕਹਿਣ ਦੇ ਨੇ, ਏਡੀ ਤੂੰ ਭੜਕਣ ਕਾਹਤੋਂ ਰਹੀ ਆ, ਭਾਂਡੇ ਉੱਥੇ ਦੇ ਉੱਥੇ ਪਏ ਆ, ਨਾ ਮਾਂਜੇ ਨਾ ਗੱਲ ਨਾ ਬਾਤ, ਕਿਹਾ ਸੀ ਸਾਰੇ ਉੱਤੇ ਲਾ ਮਾਂਜ ਕੇ, ਤੂੰ ਮੇਰਾ ਕੀ ਕਰ ਰਹੀ ਆ। ਮੈਂ ਸਬਜ਼ੀ ਨਹੀਂ ਗਰਮ ਕੀਤੀ, ਸਬਜ਼ੀ ਵੇਖੋ ਮੈਂ ਗਰਮ ਕਰ ਦਿੱਤੀ ਆ, ਚਾਰ ਫੁਲਕੇ ਲਾਉਣੇ ਲਾ ਲੈਨੇ ਆ। ਸਿਮਰਤ ਤੂੰ ਫੁਲਕੇ ਲਾਉਂਦੇ ਆ, ਸਬਜ਼ੀ ਗਰਮ ਹੋ ਜਾਣੀ, ਤੂੰ ਏਡੀ ਕਾਹਲੀ ਕਾਹਤੋਂ ਪੈਣੀ, ਤੂੰ ਮੇਰਾ ਧਿਆਨ ਰੱਖਣ ਦੀ ਮੈਂ ਕਿੰਨੀਆਂ ਗੱਲਾਂ ਕਰਦੀ ਆ। ਮੇਰੀ ਗੱਲ ਸੁਣੋ, ਨਾਲੇ ਏਡੀ ਜਲਦੀ ਤੁਸੀਂ ਫੋਨ ਕੱਟ ਦਿੱਤਾ, ਮੇਰੀ ਵੀ ਮਾੜੀ ਜੀ ਗੱਲ ਕਰਵਾ ਦੇ, ਤੁਹਾਨੂੰ ਤੈਅ ਹੋਣਾ ਕਿ ਜੇ ਸਿਮਰਤ ਗੱਲ ਕਰਨ ਦਾ ਵੀ ਜਲਦੀ ਲੰਮੇ ਹੋਣ ਤੇ ਸਾਰਾ ਕੰਮ ਮੈਨੂੰ ਕਰਨਾ ਪੈਣਾ। ਸਿਮਰਤ ਆਹ ਕਿੱਦਾਂ ਦੀ ਸੋਚ ਰੱਖ ਕੇ ਬੈਠੀ ਪੁੱਠੀ ਜੀ ਤੂੰ ਦਿਮਾਗ 'ਚ, ਉਹਨਾਂ ਨੇ ਮੈਨੂੰ ਕਿਹਾ ਹੀ ਨਹੀਂ ਕਿ ਸਿਮਰਤ ਨਾਲ ਗੱਲ ਕਰਾ ਦੇ, ਨਾਲੇ ਭੂਆ ਜੀ ਨੂੰ ਕਾਹਲੀ ਸੀ, ਉਹਨਾਂ ਨੇ ਕਿਸੇ ਦੇ ਘਰ ਜਾਣਾ ਸੀ ਤੇ ਮੈਂ ਕੱਟਤਾ। ਇੱਥੋਂ ਪਤਾ ਲੱਗਦਾ ਨਾ ਚਾਚੀ ਦਾ ਤੇ ਮੰਮੀ ਦਾ, ਜੇ ਮੰਮੀ ਹੁੰਦੀ ਨਾ ਉਹਨਾਂ ਨੇ ਕਹਿਣਾ ਪਹਿਲਾਂ ਸਿਮਰਤ ਨਾਲ ਗੱਲ ਕਰਾ, ਚਾਚੀ ਨੇ ਤੁਹਾਡੇ ਵੱਲ ਹੀ ਫਿਰ ਗੱਲ ਕੀਤੀ ਨਾ, ਤੁਹਾਡੇ ਨਾਲ ਗੱਲ ਕੀਤੀ, ਮੇਰੇ ਨਾਲ ਥੋੜੀ ਕੀਤੀ ਉਹਨਾਂ ਨੇ ਗੱਲ। ਸਿਮਰਤ ਭੂਆ ਜੀ ਤੇਰੇ ਨਾਲ ਬੜਾ ਪਿਆਰ ਕਰਦੇ ਆ, ਇਹ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਵਾ, ਤੂੰ ਫਿਰ ਉਹੋ ਜਿਹੀਆਂ ਗੱਲਾਂ ਨਾ ਕਰ ਵੀ ਜਿਨ੍ਹਾਂ ਤੋਂ ਫਿਰ ਕੰਮ ਖਰਾਬ ਹੋ ਜੇ। ਹੁਣ ਚਾਚੀ ਜੀ ਮੇਰੇ ਨਾਲ ਵੀ ਕਿੰਨਾ ਪਿਆਰ ਕਰਦੇ ਆ ਤੇ ਤੂੰ ਹੁਣ ਇਦਾਂ ਦੀਆਂ ਗੱਲਾਂ ਕਰੇਗੀ ਨਾ ਤੇ ਉਹਨਾਂ ਨੇ ਫਿਰ ਵਿਟਰ ਜਾਣਾ ਹੀ। ਚਲੋ ਹੁਣ ਛੇਤੀ ਕਰੋ ਗੱਲਾਂ ਨਾ ਕਰੋ ਵੀ, 2 ਫੁਲਕੇ ਲਾਓ, ਸਾਵੀ ਨੂੰ ਰੋਟੀ ਖਾਣੀ ਬੋਲਣ ਦੇ ਮੈਨੂੰ। ਤੈਨੂੰ ਕੀ ਗੱਲ ਆ, ਸਾਵੀ ਦੇ ਘਰ ਵਾਲੇ ਨੂੰ ਰੋਟੀ ਖਵਾ ਬਣਾ ਕੇ, ਤੇ ਕਿੰਨਾ ਕੁ ਟਾਈਮ ਲੱਗ, 2 ਫੁਲਕੇ ਲੱਥਣੇ ਯਾਰ, ਬਣਾ ਦੋ ਵੀ, ਗਰਮੀ ਕਿੰਨੀ ਆ ਦੀਦੀ ਵੇਲਾ ਪਲੀਜ਼। ਆਪਣੀ ਤੂੰ ਆ ਬੈਲਟ ਬੂਟੇ ਕੱਸ ਛੱਡਿਆ ਕਰ ਸਾਰਾ ਦਿਨ ਤੇ ਐਂ ਕਰਕੇ ਆਰਡਰ ਚਲਾਉਂਦੀ ਰਿਹਾ ਕਰ, ਤੇਰਾ ਨੀ ਮਤਲਬ ਹੁੰਦਾ ਕੰਮ। ਮੈਂ ਤੈਨੂੰ ਕਿਹਾ ਮੇਰੇ ਕੱਪੜੇ ਤੇ ਕਮੈਂਟ ਨਾ ਕਰਿਆ ਕਰੋ, ਬਾਕੀ ਕੰਮ ਤੇ ਜੋ ਕਰਨਾ ਕਰੋ। ਚਲੋ ਫਿਰ ਇਦਾਂ ਹੀ ਕਰ ਕੰਮ, ਚੱਲ ਨਹੀਂ ਮੈਂ ਕੱਪੜੇ ਤੇ ਕਮੈਂਟ ਕਰਦੀ, ਕਰ ਇਦਾਂ ਹੀ ਕਰ। ਰੋਟੀ ਤੂੰ ਮੈਨੂੰ ਵੇਖਣ ਡਈ ਆ, ਇਹ ਕਿੰਨੀਆਂ ਗੱਲਾਂ ਕਰਦੀ ਫੋਨ ਤੇ, ਜਲਦੀ ਕਰ ਦੋ ਤੂੰ ਉਹਦੇ ਸਾਰੇ ਫੁਲਕੇ ਲਾਉਣੇ ਆ। ਜਲਦੀ ਕਰ ਲੈ ਫਿਰ, ਲਾਈਟਰ ਕਿੱਥੇ ਰੱਖਿਆ? ਅੱਜ ਤੂੰ ਕਿਤੇ ਮੇਰੇ ਤੋਂ ਤੇ ਆਪ ਨਹੀਂ ਪਤਾ। ਚੱਲ ਹੁਣ ਸਬਜ਼ੀ ਫੇਰ ਗਰਮ ਤੇ ਪਾ, ਪਾਣੀ ਪੂਣੀ ਲੱਗ ਗਈ, ਰੋਟੀ ਫੜਾ ਦੇ। ਸਬਜ਼ੀ ਤੇ ਗਰਮ ਹੀ ਆ ਤੇ